ਅਸੀਂ ਐਫ ਆਈ ਆਰ ਨੰਬਰ 54 ਐਨ ਡੀ ਪੀ ਐਸ ਐਕਟ ਉਹਦੇ 'ਚ ਅਸੀਂ ਤਕਰੀਬਨ ਡੇਢ ਕੁਇੰਟਲ ਭੁੱਕੀ ਫੜੀ ਸੀ ਜਿਹਦੇ 2 ਕਿਊਸਟ ਸੀ ਦੋ ਮੌਕੇ ਤੋਂ ਭੱਜ ਗਏ ਸੀ ਕੇਸ ਰਜਿਸਟਰ ਕੀਤਾ ਸੀ ਪੀ ਐਸ ਰਜਿਸਟਰ ਹੋਣ ਤੋਂ ਬਾਅਦ ਜਿਹੜਾ ਸਾਡਾ ਇੰਸਪੈਕਟਰ ਗੁਰਜੰਟ ਸਿੰਘ ਆ ਇਹ ਉਸ ਟਾਈਮ ਟ੍ਰੇਨਿੰਗ 'ਤੇ ਸੀ ਦਿੱਲੀ ਜਦੋਂ ਉਹ ਆਇਆ ਇਸਨੇ ਉਹਨਾਂ ਨਾਲ ਜਿਹੜੇ ਅਕਿਊਜ਼ਡ ਸੀ ਉਹਨਾਂ ਦੇ ਰਿਸ਼ਤੇਦਾਰ ਨਾਲ ਰਾਬਤਾ ਕਾਇਮ ਕੀਤਾ ਅਤੇ ਉਹਨਾਂ ਨੂੰ ਕਿਹਾ ਕਿ ਮੈਂ ਵੀ ਤੁਸੀਂ ਮੈਨੂੰ ਪਹਿਲਾਂ ਦੱਸ ਦਿਓ ਮੈਂ ਕੇਸ ਰਜਿਸਟਰ ਨਹੀਂ ਕਰਨਾ ਸੀ ਅਤੇ ਤੁਸੀਂ ਮੈਨੂੰ ਆ ਕੇ ਮਿਲੋ ਉਹ ਜਦੋਂ ਇਹਨਾਂ ਨੂੰ ਆ ਕੇ ਮਿਲੇ ਉਹਨਾਂ ਨੇ ਉਹ ਇਸ ਦੀ ਆਡੀਓ ਵੀ ਇੱਕ ਬਣਾਈ ਜਿਹੜੀ ਕਿ ਪਿਛਲੇ ਕੱਲ੍ਹ ਜਾਂ ਪਰਸੋਂ ਉਹਨੂੰ ਵਾਇਰਲ ਹੋ ਰਹੀ ਸੀ ਜਦੋਂ ਮੇਰੇ ਨੋਟਿਸ 'ਚ ਆਇਆ ਵੀ ਉਹ ਡਿਮਾਂਡ ਕਰ ਰਿਹਾ ਪੈਸੇ ਦੀ ਵੀ ਤਾਂ ਮੈਂ ਨਾਲ ਇਮੀਡੀਏਟ ਐਸ ਪੀ ਡੀ ਸ਼੍ਰੀ ਰਣਵੀਰ ਸਿੰਘ ਜਿਹੜੇ ਕਿ ਐਸ ਪੀ ਇਨਵੈਸਟੀਗੇਸ਼ਨ ਨੇ ਉਹਨਾਂ ਨੇ ਡਿਊਟੀ ਲਾਈ ਮੌਕੇ 'ਤੇ ਜਾ ਕੇ ਮੈਨੂੰ ਰਿਪੋਰਟ ਦਿਓ ਉਹ ਮੌਕੇ 'ਤੇ ਗਏ ਮੌਕੇ 'ਤੇ ਉਹਨਾਂ ਨੇ ਸਾਰਾ ਵੈਰੀਫਾਈ ਕੀਤਾ ਇਹਨਾਂ ਦੋਨਾਂ ਨੂੰ ਬੁਲਾਇਆ ਐਸ ਐਚ ਓ ਅਤੇ ਏ ਐੱਸ ਆਈ ਨੂੰ ਬੁਲਾਇਆ ਉਸ ਪਰਿਵਾਰ ਨੂੰ ਬੁਲਾਇਆ ਅਤੇ ਵੈਰੀਫਾਈ ਕੀਤਾ ਵੈਰੀਫਾਈ ਕਰਨ ਤੋਂ ਬਾਅਦ ਇਹਨਾਂ ਨੇ ਮੈਨੂੰ ਰਿਪੋਰਟ ਭੇਜੀ ਅਤੇ ਮੈਂ ਇਹਨਾਂ ਦੀ ਰਿਪੋਰਟ 'ਤੇ ਬੜੀ ਸਖਤੀ ਨਾਲ ਕਾਰਵਾਈ ਕਰਦੇ ਹੋਏ ਕਿਉਂਕਿ ਬਿਲਕੁਲ ਇਹ ਆਪਣਾ ਜਿਹੜੀ ਹੈਗੀ ਆ ਰਿਸ਼ਵਤ ਦਾ ਮਸਲਾ ਸੀ ਇਹਨਾਂ ਨੇ ਬਹੁਤ ਹੀ ਜ਼ਿਆਦਾ ਐੱਸ ਐੱਚ ਓ ਅਤੇ ਏ ਐੱਸ ਆਈ ਨੇ ਪੰਜਾਬ ਸਰਕਾਰ ਨੇ ਸਾਨੂੰ ਇੱਕ ਜਿਹੜੀ ਨਸ਼ੇ ਦੇ ਖਿਲਾਫ ਮੁਹਿੰਮ ਵਿੱਢੀ ਹੈ ਇਹਨਾਂ ਨੂੰ ਉਸਨੂੰ ਅਣਗੋਲਿਆ ਕਰਕੇ ਉਹਨਾਂ ਤੋਂ ਪੈਸੇ ਦੀ ਡਿਮਾਂਡ ਕੀਤੀ ਅਤੇ ਇਸ ਦੀ ਮੈਂ ਸਖਤ ਕਾਰਵਾਈ ਕਰਦੇ ਹੋਏ ਇਹਨਾਂ ਦੇ ਖਿਲਾਫ ਜਿਹੜਾ ਹੈਗਾ ਕਰਪਸ਼ਨ ਐਕਟ 'ਚ ਕੇਸ ਰਜਿਸਟਰ ਕੀਤਾ ਗ੍ਰਿਫਤਾਰੀ ਹੋ ਗਈ ਹੈ ਇਹਨਾਂ ਨੂੰ ਦੋਨਾਂ ਨੂੰ ਇਮੀਡੀਏਟ ਨਾਲ ਹੀ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ 20,000 ਰੁਪਇਆ ਜਿਹੜਾ ਕਿ ਇਹਨਾਂ ਨੇ ਲਿਆ ਸੀ ਰਿਸ਼ਵਤ ਦਾ ਉਹ ਵੀ ਬਰਾਮਦ ਕਰ ਲਿਆ ਐੱਸ ਐੱਚ ਓ ਦਾ ਨਾਮ ਗੁਰਜੰਟ ਸਿੰਘ ਅਤੇ ਏ ਐੱਸ ਆਈ ਦਾ ਨਾਮ ਓਮ ਪ੍ਰਕਾਸ਼ ਮੁਕੱਦਮਾ ਨੰਬਰ 54 ਮੈਂ ਦੱਸਿਆ ਤੁਹਾਨੂੰ ਐੱਨ ਡੀ ਦਾ ਮੁਕੱਦਮਾ ਸੀ ਜਿਹਦੇ 'ਚ ਤਕਰੀਬਨ ਡੇਢ ਕੁਇੰਟਲ ਭੁੱਕੀ ਬਰਾਮਦ ਹੋਈ ਸੀ ਦੋ ਅਕਿਊਜ਼ਡ ਸੀ ਸਾਰੇ ਉਹ ਫੜਦੇ ਸੀ ਦੋ ਭੱਜ ਗਏ ਸੀ ਅਤੇ ਉਸ ਮਸਲੇ 'ਚ ਇਹ ਉਹਨਾਂ ਤੋਂ ਜਿਹੜੇ ਉਹਨਾਂ ਦੇ ਪਰਿਵਾਰ ਸੀ ਉਹਨਾਂ ਨੂੰ ਕਹਿ ਰਹੇ ਸੀ ਵੀ ਤੁਹਾਨੂੰ ਵੀ ਅਸੀਂ ਉਹਦੇ 'ਚ ਇਨਵੋਲਵ ਕਰਾਂਗੇ ਅਤੇ ਸਾਨੂੰ ਪੈਸੇ ਦਿਓ 50,000 ਰੁਪਏ ਇਹਨਾਂ ਨੇ ਡਿਮਾਂਡ ਕੀਤੀ ਸੀ ਜਿਹਦੇ 'ਚ 20,000 ਰੁਪਏ ਜਿਹਨਾਂ ਨੇ ਪਹਿਲਾਂ ਲੈ ਲਏ ਸੀ ਅਤੇ 30,000 ਬਾਅਦ 'ਚ ਲੈਣਾ ਸੀ ਸੋ ਆਪਦੇ ਲੈਵਲ 'ਤੇ ਇਹ ਸੀ ਜਦੋਂ ਆਡੀਓ ਇਹਨਾਂ ਦੀ ਵਾਇਰਲ ਹੋਈ ਮੈਨੂੰ ਪਤਾ ਲੱਗਿਆ ਇਮੀਡੀਏਟ ਮੈਂ ਐਕਸ਼ਨ ਲੈ ਲਿਆ ਐੱਸ ਪੀ ਡੀ ਸਾਹਿਬ ਨੂੰ ਭੇਜਿਆ ਠੀਕ ਐੱਸ ਪੀ ਡੀ ਸ਼੍ਰੀ ਰਣਵੀਰ ਸਿੰਘ ਅਤੇ ਉਹਨਾਂ ਨੇ ਜਦੋਂ ਇਨਵੈਸਟੀਗੇਸ਼ਨ ਕੀਤੀ ਇਨਵੈਸਟੀਗੇਸ਼ਨ 'ਚ ਪਾਇਆ ਗਿਆ ਵੀ ਇਹ ਦੋਸ਼ੀ ਨੇ ਇਮੀਡੀਏਟ ਇਹਨਾਂ 'ਤੇ ਕੇਸ ਰਜਿਸਟਰ ਕੀਤਾ ਜੀ ਜੋ ਵੀ ਅੱਗੇ ਇਨਵੈਸਟੀਗੇਸ਼ਨ 'ਚ ਆਊਗਾ ਪਤਾ ਲੱਗੂਗਾ ਉਹ ਤੁਹਾਨੂੰ ਦੱਸਾਂਗੇ ਸਰ ਕਿਹੜੇ ਥਾਣੇ ਦੇ ਸੀਗਾ ਇਹ ਕੇਸ ਰਜਿਸਟਰ ਪੁਲਿਸ ਸਟੇਸ਼ਨ ਆਮਿਰ ਖਾਸ ਇਹ ਜਿਹੜਾ ਕੇਸ ਰਜਿਸਟਰ ਕੀਤਾ ਹੈ ਇਹ ਪੁਲਿਸ ਸਟੇਸ਼ਨ ਆਮਿਰ ਖਾਸ ਕੇਸ ਰਜਿਸਟਰ ਕੀਤਾ ਇਹ ਹੈਗਾ ਜੀ ਆਪਣਾ ਐੱਫ ਆਈ ਆਰ ਨੰਬਰ 55/19/8/2019 ਅੰਡਰ ਸੈਕਸ਼ਨ 384 ਐਂਡ 7/13/2 ਪੀ ਸੀ ਐਕਟ ਥਾਣਾ ਆਮਿਰ ਖਾਸ ਮੈਂ ਬੜਾ ਕਲੀਅਰ ਮੈਸੇਜ ਹੈ ਮੈਂ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਕਿ ਅਸੀਂ ਫਾਜ਼ਿਲਕਾ ਨੂੰ ਡਰੱਗ ਫਰੀ ਫਾਜ਼ਿਲਕਾ ਕਰਨਾ ਇਸ ਦੇ ਤਹਿਤ ਜਿੰਨੇ ਵੀ ਇਹ ਨਸ਼ਾ ਵੇਚਦੇ ਨੇ ਜਾਂ ਨਸ਼ੇ ਦਾ ਕੰਮ ਕਰਦੇ ਨੇ ਇਹ ਸਾਰਿਆਂ ਨੂੰ ਫੜ ਕੇ ਅਸੀਂ ਅੰਦਰ ਦੇਣਾ ਅਤੇ ਬੜੀ ਸਖਤ ਕਾਰਵਾਈ ਕਰਨੀ ਸਾਰੇ ਮੁਲਾਜ਼ਮਾਂ ਨੂੰ ਮੈਂ ਕਹਿਣਾ ਇਹ ਸਾਡਾ ਸਾਫ਼ ਹੈ